1947 ਵੇਲੇ ਦਾ ਸਕੂਲ, ਇਸਲਾਮੀਆ ਸਕੂਲ ਦਸੂਹਾ, ਜਿਸਦਾ ਨਾਂ ਹੈ ਹੁਣ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਸੂਹਾ ਹੁਸ਼ਿਆਰਪੁਰ। ਇਹ ਹੁਸ਼ਿਆਰਪੁਰ ਨੂੰ ਰੋਡ ਜਾ ਰਿਹਾ, ਇਹ ਦਸੂਹੇ ਤੱਕਦੇ ਨੂੰ। ਹੁਸ਼ਿਆਰਪੁਰ ਨੂੰ ਜਾ ਰਿਹਾ ਰੋਡ ਜੀ, ਇਹ ਹੈ ਸਕੂਲ ਇਸਲਾਮੀਆ ਸਕੂਲ ਦਸੂਹਾ, ਹੁਣ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ। ਇਹ ਅੱਗੇ ਦਸੂਹਾ ਕਸਬਾ ਹੈ ਜੀ, ਅਤੇ ਖੱਬੇ ਹੱਥ ਕੈਂਪ ਗਰਾਊਂਡ ਹੈ, ਰਿਫਿਊਜੀ ਕੈਂਪ ਵਾਲੀ ਗਰਾਊਂਡ ਹੈ। ਪੁਰਾਣਾ ਇਸਲਾਮੀਆ ਸਕੂਲ ਦਸੂਹਾ, ਇਹ ਬਿਲਡਿੰਗ ਹੈ ਜੀ ਪੁਰਾਣੀ। ਇਸਲਾਮੀਆ ਸਕੂਲ ਦਸੂਹਾ ਦੀ ਪੁਰਾਣੀ ਇਮਾਰਤ ਹੈ, ਇਹ ਉਰਦੂ 'ਚ ਕੁਛ ਲਿਖਿਆ ਹੋਇਆ। ਇਹ ਸਾਰੀ ਬਿਲਡਿੰਗ ਜਿਹੜੀ ਹੈ ਪੁਰਾਣੀ ਹੈ। ਇਹ ਦਰਵਾਜ਼ਾ ਸੀ, ਹਾਂ ਇਹ ਦਰਵਾਜ਼ਾ ਨਿਸ਼ਾਨ ਹੈ। ਅੱਛਾ, ਇਹ ਸਪੋਰਟਸ ਹਾਲ ਸੀ, ਹਾਂਜੀ ਹਾਂਜੀ ਦੇਖਦੇ ਹਾਂ। ਅੱਛਾ, ਇਹ ਪੁਰਾਣੀ ਬਿਲਡਿੰਗ ਸਾਰੀ ਹੈ ਜੀ, ਪੁਰਾਣੀ ਹੈਗੀ ਹੈ। ਲੈਂਟਰ ਨਵਾਂ, ਲੈਂਟਰ ਨਵਾਂ, ਆ ਵੀ ਪੁਰਾਣੀ ਆ ਜੋ ਇਹਨਾਂ ਦੇ ਅੰਦਰ ਉੱਪਰ ਦੱਸਣਾ ਜੀ। ਆ ਜਿਹੜੀ ਬਿਲਡਿੰਗ ਹੈ, ਆ ਬਿਲਡਿੰਗ ਦਾ ਉੱਪਰ ਦੇਖਿਓ, ਇਹ ਛੱਤ ਪੁਰਾਣੀ ਹੈ। ਵਾਹ ਰੋਸ਼ਨਦਾਨ ਵੱਡੇ ਵੱਡੇ। ਪੁਰਾਣਾ ਇਸਲਾਮੀਆ ਸਕੂਲ ਦਸੂਹਾ, ਉਹ ਤੁਹਾਨੂੰ ਵਿਖਾਉਂਦੇ ਅੰਦਰ ਪੁਰਾਣੀ ਬਿਲਡਿੰਗ। ਇਸਲਾਮੀਆ ਸਕੂਲ ਦਸੂਹਾ, ਉੱਚੇ ਉੱਚੇ ਰੋਸ਼ਨਦਾਨ ਦਾ।